प्यारे विद्यार्थियों सब तो पहला मेरे चैनल पे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਆਈ ਦੀ ਵੀਡੀਓ ਵਿੱਚ ਆਪਾਂ 10ਵੀਂ ਕਲਾਸ ਦੇ ਲਈ ਐਸਐਸਟੀ ਵਿਸ਼ਾ ਜੋ ਸਮਾਜਿਕ ਵਿਗਿਆਨ ਵਿਸ਼ਾ ਹੈ ਉਸ ਦੇ ਲਈ ਜੋ ਤੁਹਾਡਾ 22 ਮਨਥਲੀ ਐਗਜ਼ਾਮ ਹੋ ਰਿਹਾ ਹੈ ਜੁਲਾਈ ਦੇ ਵਿੱਚ ਉਸ ਦੇ ਲਈ ਇੱਕ ਆਪਾਂ ਸੈਂਪਲ ਪੇਪਰ ਨੂੰ ਸੋਲਵ ਕਰ ਰਹੇ ਹਾਂ ਜੀ ਹੋਪ ਹੈ ਕਿ ਇਸ ਸੈਂਪਲ ਪੇਪਰ ਦੇ ਵਿੱਚੋਂ ਤੁਹਾਨੂੰ ਜੋ 22 ਮਨਥਲੀ ਐਗਜ਼ਾਮ ਜੁਲਾਈ ਹੈ ਉਸ ਦੇ ਵਿੱਚ ਵੀ ਕਾਫੀ ਜੋ ਹੈਲਪ ਹੋਏਗੀ ਤੇ ਤੁਹਾਡੇ ਜੋ ਅੱਗੇ ਐਗਜ਼ਾਮ ਹੋਣਗੇ ਉਸ ਦੇ ਵਿੱਚ ਵੀ ਇਸ ਸੈਂਪਲ ਪੇਪਰ ਦੇ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਮਿਲ ਸਕਦੇ ਹਨ ਇਸ ਲਈ ਜੁਲਾਈ ਦੇ ਐਗਜ਼ਾਮ ਲਈ ਤੇ ਇਸ ਸੈਂਪਲ ਪੇਪਰ ਨੂੰ ਤਿਆਰ ਕਰਨਾ ਹੀ ਹੈ ਤੇ ਜੋ ਤੁਹਾਡੇ ਅਗਲੇ ਐਗਜ਼ਾਮ ਹੋਣਗੇ ਉਹਨਾਂ ਦੇ ਲਈ ਵੀ ਤੁਸੀਂ ਇਸ ਸੈਂਪਲ ਪੇਪਰ ਨੂੰ ਜ਼ਰੂਰ ਤਿਆਰ ਕਰਕੇ ਜਾਣਾ ਹੈ ਜੀ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੈ ਜੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੂਰੂ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜੋ 올 ਦਾ ਨੋਟੀਫਿਕੇਸ਼ਨ ਹੈ ਉਸ ਨੂੰ ਜੂਰ ਔਨ ਕਰ ਲੈਣਾ ਹੈ ਜੀ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਪਹਿਲਾ ਭਾਗ ਊੜਾ ਕਰਦੇ ਹਾਂ ਜੀ ਭਾਗ ਊੜੇ ਦੇ ਵਿੱਚ ਪਹਿਲਾ ਆਪਣੇ ਕੋ ਹੈ ਜੀ ਬਹੁ ਵਿਕਲਪੀ ਪ੍ਰਸ਼ਨ ਹਨ ਪਹਿਲਾ ਹੈ ਜੀ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਡੈਸ਼ ਜੀਵ ਖੇਤਰ ਰੱਖਾ ਸਤਾਫਤ ਕੀਤੀਆਂ ਹਨ ਤੇ ਇਸ ਦਾ ਆਨਸਰ ਆਏਗਾ ਸਸਾ ਆਪਸ਼ਨ ਆਏਗੀ ਜੀ 18 ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕਿਸ ਤਰ੍ਹਾਂ ਹੈ ਜੀ ਸਰਕਾਰ ਦੀ ਮੋਦਰਿਕ ਨੀਤੀ ਦਾ ਸੰਬੰਧ ਕਿਸ ਦੇ ਨਾਲ ਹੈ ਤੇ ਇਸ ਦਾ ਸੰਬੰਧ ਹੁੰਦਾ ਹੈ ਜੀ ਮੁਦਰਾ ਦੀ ਮੰਗ ਅਤੇ ਪੂਰਤੀ ਦੇ ਨਾਲ ਈਡੀ ਆਪਸ਼ਨ ਆਪਣੇ ਕੋਆ ਜਾਏਗੀ ਜੀ ਅਗਲਾ ਹੈ ਜੀ ਕਿਹੜਾ ਦਰਿਆ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਾਂ ਦੇ ਵਿਚਕਾਰ ਸੀਮਾ ਦਾ ਕੰਮ ਕਰਦਾ ਸੀ ਤੇ ਉਹ ਆਪਣੇ ਕੋਲ ਸੀ ਸਤਲੁਜ ਦਰਿਆ ਅਗਲਾ ਕੁਸ਼ਨ ਆਪਣੇ ਕਿਸ ਤਰ੍ਹਾਂ ਹੈ ਜੀ ਸਮਾਜਵਾਦੀ ਧਰਮ ਨਿਰਪੱਖ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਸ਼ਬਦ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਦੋਂ ਜੋੜੇ ਗਏ ਤੇ ਇਸ ਦਾ ਆਨਸਰ ਉੜ ਆ ਜਾਏਗਾ ਜੀ 1976 ਦੇ ਵਿੱਚ 42ਵੀਂ ਸੰਵਿਧਾਨਿਕ ਸੋਧ ਦੁਆਰਾ ਇਹ ਜੋ ਸ਼ਬਦ ਹਨ ਉਹ ਸੰਵਿਧਾਨ ਦੀ ਪ੍ਰਸਤਾਪਨਾ ਵਿੱਚ ਜੋੜੇ ਗਏ ਸਨ ਜੀ ਅਗਲਾ ਕੁਸ਼ਣ ਹੈ ਜੀ ਆਪਣੇ ਕੋ ਅਗ ਆਪਣੇ ਕੋ ਅੱਗੇ ਹੈ ਜੀ ਭਾਗ ਐਡਾ ਵਸਤੂनिष्ठ ਪ੍ਰਸ਼ਨ ਹਨ ਜੀ ਤੇ ਪ੍ਰਸ਼ਨਾਂ ਦੇ ਉੱਤਰ ਆਪਾਂ ਇੱਕ ਸ਼ਬਦ ਤੋਂ ਇੱਕ ਵਾਕ ਤੱਕ ਦੇਣੇ ਹਨ ਜੀ ਤੇ ਪਹਿਲਾ ਕੁਸ਼ਣ ਆਪਣੇ ਕੋ ਇਸ ਤਰ੍ਹਾਂ ਹੈ ਜੀ ਪੋਖੋ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ ਨੂੰ ਕੀ ਕਿਹਾ ਜਾਂਦਾ ਹੈ ਜੀ ਤੇ ਉਸ ਨੂੰ ਕਿਹਾ ਜਾਂਦਾ ਹੈ ਜੀ ਸ਼ੈਲਟਰ ਪੇਟੀਆਂ ਅਗਲਾ ਕੁਐਸਚਨ ਹੈ ਜੀ ਵੀਐਸਟੀ ਅਰਥ ਸ਼ਾਸਤਰ ਜਨਾਨੀ ਭਾਸ਼ਾ ਦੇ ਡੈਸ਼ ਸ਼ਬਦ ਤੋਂ ਲਿਆ ਗਿਆ ਹੈ ਤੇ ਇਥੇ ਖਾਲੀ ਥਾਂ ਦੇ ਵਿੱਚ ਆਏਗਾ ਜੀ ਮਾਈਕਰੋਸ ਇੰਗਲਿਸ਼ ਵਿੱਚ ਲਿਖਣਾ ਹੈ ਐਮ ਆਈ ਸੀ ਆਰਓ ਐਸ ਮਾਈਕਰੋਸ ਅਗਲਾ ਕੁਐਸਚਨ ਆਪਣੇ ਕੋ ਹੈ ਜੀ ਸੈਦ ਕੌਣ ਸਨ ਤੇ ਉਸ ਤੋਂ ਅਗਲਾ ਕੁਸ਼ਨ ਆਪਣੇ ਕੋ ਹੈ ਭਾਰਤੀ ਨਾਗਰਿਕਾਂ ਦਾ ਕੋਈ ਇੱਕ ਮੌਲਿਕ ਅਧਿਕਾਰ ਲਿਖੋ ਤੇ ਇਸ ਦਾ ਕੁਸ਼ਨ ਆਪਾਂ ਅਗਲੇ ਕੁਸ਼ਨਾਂ ਦੇ ਨਾਲ ਦੇਖਾਂਗੇ ਤੇ ਇਸ ਕੁਸ਼ਨ ਦਾ ਆਨਸਰ ਦੇਖੋ ਜੀ ਭਾਰਤੀ ਨਾਗਰਿਕਾਂ ਦਾ ਕੋਈ ਇੱਕ ਮੌਲਿਕ ਅਧਿਕਾਰ ਤੁਸੀਂ ਲਿਖ ਸਕਦੇ ਹੋ ਸਮਾਨਤਾ ਦਾ ਅਧਿਕਾਰ ਤੇ ਇਹ ਆਪਣੇ ਕੋ ਆ ਜਾਏਗਾ ਜੀ ਸਮਾਨਤਾ ਦਾ ਅਧਿਕਾਰ ਤੇ ਆ ਹੁਣ ਆਪਾਂ ਕਵੈਸਚਨ ਜੋ ਤੀਸਰਾ ਕਵੈਸਚਨ ਹੈ ਸਹੀਦ ਕੌਣ ਸਨ ਇਹ ਕਵੈਸਚਨ ਦੇਖਦੇ ਹਾਂ ਤੇ ਨਾਲ ਹੀ ਇਹ ਜੋ نیچے ਦੋ ਕਵੈਸਚਨ ਲਿਖੇ ਹੋਏ ਹਨ ਆਪਾਂ ਨੂੰ ਇਹਨਾਂ ਦੇ ਇਕੱਠੇ ਤਿੰਨਾਂ ਦੇ ਅਨਸਰ ਦੇਖਦੇ ਹਾਂ ਜੀ ਤੇ ਕਵੈਸਚਨ ਹੈ ਜੈਵਿਕ ਅਤੇ ਅਜੈਵਿਕ ਸੌਮੇ ਕੀ ਹੁੰਦੇ ਹਨ ਉਦਾਹਰਨ ਦੇਣੀ ਹੈ ਤੇ ਅਗਲਾ ਕਵੈਸਚਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ਤੇ ਆਓ ਇਹਨਾਂ ਕਵੈਸਚਨ ਦੇ ਅਨਸਰ ਦੇਖਦੇ ਹਾਂ ਪਹਿਲਾ ਕਵੈਸਚਨ ਸੀ ਆਪਣੇ ਕੋ ਜੀ ਸਹੀਦ ਕੌਣ ਸਨ ਸੈਦ ਆਪਣੇ ਆਪ ਨੂੰ ਹਜਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ। ਅਗਲਾ ਦੇਖੋ ਜੀ ਆਪਣੇ ਕੋ ਜੈਵਿਕ ਤੇ ਅਜੈਵਿਕ ਸੌਮੇ ਕੀ ਹੁੰਦੇ ਹਨ ਉਹਨਾਂ ਦੀ ਉਦਾਹਰਣ ਦੇਣੀ ਹੈ ਜੀ ਤੇ ਦੇਖੋ ਜੀ ਜੈਵਿਕ ਸੌਮੇ ਜੈਵਿਕ ਸੌਮੇ ਉਹ ਸੌਮੇ ਹਨ ਜਿਨ੍ਹਾਂ ਦੀ ਪ੍ਰਾਪਤੀ ਸਾਨੂੰ ਜੈਵ ਮੰਡਲ ਤੋਂ ਹੁੰਦੀ ਹੈ। ਜੈਵ ਸੌਮਿਆਂ ਦੇ ਵਿੱਚ ਜਾਨ ਹੁੰਦੀ ਹੈ ਜਿਵੇਂ ਕਿ ਮਨੁੱਖ ਜੀਵ ਜੰਤੂ ਪੰਛੀ ਮੱਛੀਆਂ ਅਤੇ ਜੰਗਲ ਆਦਿ। ਅਜੈਵਿਕ ਸੌਮੇ ਕਿਹੜੇ ਹੁੰਦੇ ਹਨ ਅਜੈਵਿਕ ਸੌਮੇ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਹੈ ਜਿਵੇਂ ਕਿ ਚਟਾਨਾਂ ਅਤੇ ਤਾਤਾ ਅਗਲਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰਨਾ ਹੈ ਤੇ ਪਹਿਲਾ ਦੇਖੋ ਆਪਣੇ ਕੋ ਗੁਰੂ ਜੀ ਅਨਸਾਰ ਪਰਮਾਤਮਾ ਇੱਕ ਹੈ ਪਰਮਾਤਮਾ ਸਰਬਸ਼ਕਤੀਮਾਨ ਅਤੇ ਸਰਵ ਵਿਆਪਕ ਹੈ ਉਹ ਸੰਸਾਰ ਦੇ ਹਰ ਜੀਵ ਦੇ ਵਿੱਚ ਰਹਿੰਦਾ ਹੈ ਪਰਮਾਤਮਾ ਮਹਾਨ ਅਤੇ ਸਰਵ ਉੱਚ ਹੈ ਉਸ ਦੀ ਮਹਾਨਤਾ ਅਤੇ ਸਰਵ ਉੱਚਤਾ ਨੂੰ ਬਿਆਨ ਕਰਨਾ ਮਨੁੱਖ ਦੇ ਲਈ ਸੰਭਵ ਨਹੀਂ ਹੈ ਪਰਮਾਤਮਾ ਦਾ ਕੋਈ ਰੰਗ ਰੂਪ ਜਾਂ ਆਕਾਰ ਨਹੀਂ ਹੁੰਦਾ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ਸਾਨੂੰ ਜੋ ਕੁਝ ਵੀ ਮਿਲਦਾ ਹੈ ਉਹ ਪਰਮਾਤਮਾ ਦੀ ਹੀ ਦੇਣ ਹੈ ਤੇ ਆਓ ਨੈਕਸਟ ਦੇਖਦੇ ਹਾਂ ਜੀ ਜੀ ਨੈਕਸਟ ਸਾਪਨੇ ਕੋ ਹੈ ਭਾਗ ਸ ਇਸ ਦੇ ਵਿੱਚ ਹੈ ਸਰੋਤ ਅਧਾਰਿਤ ਪ੍ਰਸ਼ਨ ਇਸ ਦਾ ਮਤਲਬ ਹੈ ਕਿ ਆਪਾਂ ਨੂੰ ਇੱਕ ਪੈਰਾਗ੍ਰਾਫ ਦਿੱਤਾ ਹੈ ਇਸ ਪੈਰਾਗ੍ਰਾਫ ਨੂੰ ਪੜ੍ਹ ਕੇ ਤੇ نیچے ਕੁਝ ਕੁਐਸਚਨ ਪੁੱਛੇ ਗਏ ਹਨ ਉਹਨਾਂ ਕੁਐਸਚਨਾਂ ਦੇ ਆਪਾਂ ਆਨਸਰ ਦੇਣੇ ਹਨ ਦੇਖਿਜੀ ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਤੇ ਇਹ ਪਹਿਲਾਂ ਤੁਸੀਂ ਉੱਪਰ ਜੋ ਪੈਰਾਗ੍ਰਾਫ ਹੈ ਉਸ ਨੂੰ ਪੜ੍ਹ ਲੈਣਾ ਹੈ अच्छी तरह ਦੇਖੋ ਪਹਿਲਾ ਪ੍ਰਸ਼ਨ ਆਪਣੇ ਕੋ ਹੈ ਕਿਸੇ ਦੇਸ਼ ਦੇ ਲੋਕਤੰਤਰੀ ਸਰੂਪ ਦੀ ਪੁਸ਼ਟੀ ਅਸੀਂ ਕਿਵੇਂ ਕਰ ਸਕਦੇ ਹਾਂ ਤੇ ਇਸ ਦਾ ਦੇਖੋ ਆਪਣੇ ਇੱਕ ਆਨਸਰ ਆ ਜਾਇਆ ਹੈ ਜੀ ਇਸ ਦੇ ਵਿੱਚ ਜੀ ਤੁਸੀਂ ਪੈਰਾਗ੍ਰਾਫ ਦੇ ਵਿੱਚ ਹੀ ਤੁਹਾਨੂੰ ਸਾਰੇ ਆਨਸਰ ਮਿਲਣਗੇ ਇਸ ਦੇ ਵਿੱਚ ਪਹਿਲਾ ਆਨਸਰ ਦੇਖੋ ਇਸ ਤਰ੍ਹਾਂ ਕਿਸੇ ਵੀ ਦੇਸ਼ ਦੇ ਲੋਕਤੰਤਰੀ ਸਰੂਪ ਦੀ ਪੁਸ਼ਟੀ ਸਾਨੂੰ ਉਸ ਦੇਸ਼ ਵਜੋਂ ਦਿੱਤੇ ਜਾਣ ਵਾਲੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਤੋਂ ਹੋ ਜਾਂਦੀ ਹੈ ਇਹ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਆ ਜਾਏਗਾ ਜੀ ਅਗਲਾ ਕੁਐਸਚਨ ਆਪਣੇ ਕੋਲ ਹੈ ਜੀ ਦੇਖੋ ਬਾਲ ਗੰਗਾਧਰ ਤਿਲਕ ਨੇ ਸਵਰਾਜ ਬਿੱਲ ਵਿੱਚ ਕਿਹੜੇ ਅਧਿਕਾਰਾਂ ਦੀ ਮੰਗ ਕੀਤੀ ਸੀ ਤੇ ਇਹ ਦੇਖੋ ਇਹ ਵੀ ਆਪਾਂ ਨੂੰ ਪੈਰਾਗ੍ਰਾਫ ਦੇ ਵਿੱਚੋਂ ਹੀ ਮਿਲੇਗਾ ਜੀ ਤੇ ਇਹ ਦੇਖੋ ਇੱਥੇ ਆਪਾਂ ਨੂੰ ਇਹਦਾ ਅਨਸਰ ਮਿਲੇਗਾ 1895 ਵਿੱਚ ਬਾਲ ਗੰਗਾਧਰ ਤਿਲਕ ਨੇ ਅੰਗਰੇਜ਼ਾਂ ਨੂੰ ਸਵਰਾਜ ਬਿੱਲ ਪਾਸ ਕਰਨ ਲਈ ਕਿਹਾ ਜਿਸ ਵਿੱਚ ਭਾਰਤੀ ਲੋਕਾਂ ਲਈ ਵਿਚਾਰ ਪ੍ਰਗਟਾਉਣ ਕਾਨੂੰਨ ਦੇ ਸਾਹਮਣੇ ਸਮਾਨਤਾ ਤੇ ਕੁਝ ਹੋਰ ਅਧਿਕਾਰਾਂ ਦੀ ਮੰਗ ਕੀਤੀ ਗਈ ਇਹ ਆਪਣੇ ਕੋਲ ਦੂਸਰੇ ਕੁਸ਼ਚਨ ਆਨਸਰ ਆ ਜਾਏਗਾ ਜੀ ਇਸੇ ਤਰ੍ਹਾਂ ਆਪਣੇ ਕੋਲ ਤੀਸਰਾ ਕੁਸ਼ਚਨ ਦੇਖੋ ਜੀ ਅੰਗਰੇਜ਼ੀ ਹਕੂਮਤ ਨੇ ਨਹਿਰੂ ਰਿਪੋਰਟ ਦੀ ਕਿਹੜੀ ਮੰਗ ਨੂੰ ਰੱਦ ਕਰ ਦਿੱਤਾ ਸੀ ਤੇ ਇਹ ਦੇਖੋ ਜੀ ਆਪਣੇ ਕੋਲ 1828 ਇਸਵੀ ਵਿੱਚ ਦੀ ਨੇਹਰੂ ਰਿਪੋਰਟ ਵਿੱਚ ਵੀ ਅਧਿਕਾਰਾਂ ਦੀ ਮੰਗ ਕੀਤੀ ਗਈ ਸੀ ਜਿਸ ਵਿੱਚ ਮਰਦਾਂ ਅਤੇ ਔਰਤਾਂ ਲਈ ਸਮਾਨਤਾ ਦੇ ਅਧਿਕਾਰ ਦੀ ਮੰਗ ਕੀਤੀ ਗਈ ਸੀ ਪਰ ਅੰਗਰੇਜ਼ੀ ਹਕੂਮਤ ਨੇ ਉਕਤ ਮੰਗਾਂ ਨੂੰ ਰੱਦ ਕਰ ਦਿੱਤਾ ਸੀ ਤੇ ਆਪਣੇ ਕੋਲ ਤੀਸਰੇ ਕੁਐਸਚਨ ਦਾ ਆਨਸਰ ਆ ਜਾਏਗਾ ਜੀ ਤੇ ਆਓ ਹੁਣ ਆਪਾਂ ਨੈਕਸਟ ਦੇਖਦੇ ਹਾਂ ਜੀ ਨੈਕਸਟ ਹੈ ਭਾਗ ਹਾ ਹਾ ਭਾਗ ਹਾ ਵਿੱਚ ਦੇਖੋ ਆਪਣੇ ਕੋਲ ਕੀ ਹੈ ਜੀ ਭਾਰਤ ਦੇ ਨਕਸ਼ੇ ਵਿੱਚ ਹੇਠਾਂ ਦਿੱਤੇ ਗਏ ਕੋਈ ਪੰਜ ਸਥਾਨਾਂ ਦੇ ਵਿੱਚੋਂ ਤਿੰਨ ਸਥਾਨ ਭਰਨੇ ਹਨ ਤੇ ਇਹ ਦੇਖੋ ਆਪਣੇ ਕੋ ਪੰਜ ਸਥਾਨ ਹਨ ਜੀ ਸਭ ਤੋਂ ਵੱਧ ਜੋ ਹੈ ਜੰਗਲਾਵੜਾ ਰਾਜ ਕਿਹੜਾ ਆਪਣੇ ਕੋ ਹੈ ਮੱਧ ਪ੍ਰਦੇਸ਼ ਸੁੰਦਰਬਨ ਰਾਮ ਸਰ ਸੰਮੇਲਨ ਕੇਂਦਰ ਕਿੱਥੇ ਹੈ ਜੀ ਆਪਣੇ ਕੋ ਪੱਛਮੀ ਬੰਗਾਲ ਵੈਸਟ ਬੰਗਾਲ ਦੇ ਵਿੱਚ ਹੈ ਕੰਚਨ ਜੰਗਾ ਜੈਵ ਰੱਖ ਖੇਤਰ ਆਪਣੇ ਕੋ ਸਿੱਕਮ ਵਿੱਚ ਹੈ ਜੀ ਕੋਈ ਇੱਕ ਯੂਨੈਸਕੋ ਵਿਰਾਸਤੀ ਖੇਤਰ ਆਪਾਂ ਦੱਸਣਾ ਹੈ ਤੇ ਉਹ ਆਪਾਂ ਨਕਸ਼ੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਜਲੋਟੀ ਮਿੱਟੀ ਵਾਲਾ ਇੱਕ ਖੇਤਰੇ ਵੀ ਆਪਾਂ ਨਕਸ਼ੇ ਦੇ ਵਿੱਚ ਦੇਖਦੇ ਹਾਂ ਕਿ ਇਹ ਪੰਜਾਂ ਨੂੰ ਆਪਾਂ ਨਕਸ਼ੇ ਦੇ ਵਿੱਚ ਕਿੱਥੇ-ਕਿੱਥੇ ਦੇਖ ਸਕਦੇ ਹਾਂ ਤੇ ਆਓ ਨਕਸ਼ੇ ਤੇ ਨਸਾਰੇ ਹੀ ਜੋ ਰਾਜ ਹਨ ਜਾਂ ਜੋ ਨਕਸ਼ੇ ਤੇ ਇੱਕ ਖੇਤਰਾ ਆਪਾਂ ਬਣਾਉਣੇ ਆ ਤੇ ਦੇਖਦੇ ਹਾਂ ਕਿੱਥੇ-ਕਿੱਥੇ ਹੈ ਜੀ ਹੁਣ ਇਸ ਤਰ੍ਹਾਂ ਦਾ ਨਕਸ਼ਾ ਤੁਹਾਨੂੰ ਮਿਲੇਗਾ ਜੀ ਤੇ ਸਭ ਤੋਂ ਪਹਿਲਾਂ ਆਪਣੇ ਕੋਲ ਲਿਖਿਆ ਜੀ ਆਪਾਂ ਬਣਾਉਣਾ ਹੈ ਸਭ ਤੋਂ ਵੱਧ ਜੰਗਲਾਂ ਵਾਲਾ ਰਾਜ ਤੇ ਉਹ ਆਪਣੇ ਕੋ ਆ ਜਾਏਗਾ ਜੀ मध्यप्रदेश एमपी ਤੁਸੀਂ ਇਹਨੂੰ ਨੰਬਰ 1 ਇੱਥੇ ਜਗਾ ਮੈਂ ਦੇਖੋ एमपी ਆਪਣੇ ਕੋਲ ਹੈ ਤੇ ਮੈਂ ਇੱਥੇ ਇੱਕ ਨੰਬਰ 1 ਲਿਖ ਰਿਹਾ ਹਾਂ ਇਸ ਤਰ੍ਹਾਂ ਤੁਸੀਂ ਪੂਰਾ ਵੀ ਪਾ ਸਕਦੇ ਹੋ ਸਭ ਤੋਂ ਵੱਧ ਜੰਗਲਾਂ ਵਾਲਾ ਰਾਜ ਹੈਗਾ ਆਪਣੇ ਕੋਲ मध्यप्रदेश ਨੰਬਰ 1 ਤੇ ਮੈਂ ਉਸ ਨੂੰ ਕਰ ਦਿੱਤਾ ਹੈ ਤੁਸੀਂ ਵੀ ਇਸ ਤਰ੍ਹਾਂ ਨਕਸ਼ੇ ਵਿੱਚ ਨੰਬਰ 1 ਲਿਖ ਸਕਦੇ ਹੋ ਦੂਸਰਾ ਆਪਣਾ ਹੈ ਜੀ ਸੁੰਦਰਬਨ RAMSAR ਸੰਮੇਲਨ ਕੇਂਦਰ ਤੇ ਇਹ ਆਪਣੇ ਕੋ ਆ ਜਾਏਗਾ ਵੈਸਟ ਬੀਲੋਂਗ ਬੰਗਾਲ ਦੇ ਵਿੱਚ ਤੇ ਇਹ ਆਪਣੇ ਕੋ ਇਸ ਜਗ੍ਹਾ ਤੁਸੀਂ ਨੰਬਰ 2 ਇਸ ਤਰ੍ਹਾਂ ਪਾ ਦੇਣਾ ਹੈ ਜੀ ਇਸ ਤਰ੍ਹਾਂ ਐਰੋ ਬਣਾ ਕੇ ਨੰਬਰ 2 ਪਾ ਦੇਣਾ ਹੈ ਤੇ ਇਸੇ ਤਰ੍ਹਾਂ ਆਪਣੇ ਕੋ ਅਗਲਾ ਹੈ ਜੀ ਕੰਚਨ ਜੰਗਾ ਜੈਬਰਖ ਖੇਤਰ ਇਹ ਆਪਣੇ ਕੋ ਸਿਕਮ ਕਾਜੀ ਰੰਗਾ ਜੋ ਹੈ ਆਪਣੇ ਕੋ ਕੰਚਨ ਜੰਗਾ ਵਿੱਚ ਇਹ ਦੇਖੋ ਇੱਥੇ ਆਏਗਾ ਜੀ ਆਪਣੇ ਕੋ ਇਹ ਸਿਕਮ ਹੈ ਇਸ ਦੇ ਵਿੱਚ ਇਹ ਨੰਬਰ ਆਪਣੇ ਕੋ ਆ ਜਾਏਗਾ 3 ਤੇ अगला अपने को है जी कोई एक यूनैसको विरासती खेतर आप लिखना तो वो तीन इतने अपने को पा सकते हो इस जगह लिख के ताज महल ये नंबर अपने को चार आ जाएगा इतने इतनी यूपी के अपने को है ना ताज महल ताज महल ज आगरा फोर्ट ताज महल कर लेना है इस जगह ताज महल ਅਗਲਾ ਆਪਣੇ ਕੋ ਹੈ ਜੀ ਇਹ ਚੌਥਾ ਹੋ ਗਿਆ ਆਪਣੇ ਕੋ ਤਾਜਮਹਿਲ ਤੇ ਪੰਜਵਾਂ ਆਪਣੇ ਕੋ ਹੈ ਜੀ ਜਲੋਟੀ ਜੋ ਮਿੱਟੀ ਹੈ ਉਸ ਵੱਡਾ ਪਾਕ ਦਾ ਖੇਤਰ ਲਿਖਣਾ ਹੈ ਜਲੋਟੀ ਮਿੱਟੀ ਤੇ ਇਹ ਤੁਸ ਨੂੰ ਤੁਸੀਂ ਕਰ ਦੇਣਾ ਹੈ ਇਹ ਆਪਣੇ ਕੋ ਆ ਜਾਏਗਾ ਜੀ ਪੰਜ ਨੰਬਰ ਪੰਜਾਬ ਇਹ ਪੰਜਾਬ ਆਪਣੇ ਕੋ ਹੈ ਤੇ ਪੰਜਾਬ ਦੇ ਵਿੱਚ ਆਪਣੇ ਕੋ ਜਲੋਟੀ ਮਿੱਟੀ ਵਾਲਾ ਖੇਤਰ ਹੈ ਜੀ ਇਹ ਆਪਣੇ ਕੋ ਇਹ ਆਪਣੇ ਕੋ ਪੰਜਾਬ ਵਾਲਾ ਖੇਤਰ ਆ ਗਿਆ ਹੈ ਜੀ ਤੇ ਇਸ ਤਰ੍ਹਾਂ ਤੁਹਾਡੇ ਸਨਸਾਰੇ ਹੀ ਜੋ ਕੁਸ਼ਨ ਹਨ ਉਹ ਸੋਲਵ ਹੋ ਚੁੱਕੇ ਹਨ ਜੀ ਆਪਣੇ ਕੋ ਹੋ ਪਿਆ ਕਿ ਤੁਹਾਨੂੰ ਸਾਰੇ ਹੀ ਜੋ ਕੁਸ਼ਨਾਂ ਚੰਗੀ ਤਰ੍ਹਾਂ ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਨਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਹੈ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਨੂੰ ਜਰੂਰ ਆਨ ਕਰ ਲੈਣਾ ਹੈ ਜੀ ਤੇ ਹੁਣ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ